ਹੈਲੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਹੈ ਯੂਜ਼ਰ ਡਿਫਾਈਨ ਐਕਸੈਪਸ਼ਨ। ਲਾਈਕ ਆਪਾਂ ਐਕਸੈਪਸ਼ਨ ਹੈਂਡਲਿੰਗ ਟੌਪਿਕ ਕੀਤਾ ਸੀ ਆਪਣਾ। ਐਕਸੈਪਸ਼ਨ ਹੈਂਡਲਿੰਗ ਦਾ ਮਤਲਬ ਕੀ ਦੱਸਿਆ ਸੀ? ਵੀ ਜਦੋਂ ਕੋਈ ਐਰਰ ਆ ਜਾਂਦਾ, ਰਨ ਟਾਈਮ ਐਰਰ, ਉਸਨੂੰ ਹੈਂਡਲ ਕਰਨ ਦੀ ਕੋਈ ਆਪਾਂ ਰਿਪਲੇਸਮੈਂਟ ਪ੍ਰੋਵਾਈਡ ਕਰ ਦਿੰਦੇ ਹਾਂ ਐਕਸੈਪਸ਼ਨ ਹੈਂਡਲਿੰਗ ਦੇ ਵਿੱਚ। ਕਿ ਹੁਣ ਜੋ ਐਕਸੈਪਸ਼ਨ ਹੈਂਡਲਿੰਗ ਹੈ, ਲਾਈਕ ਨੰਬਰ ਫਾਰਮੈਟ ਐਕਸੈਪਸ਼ਨ ਆਪਾਂ ਕੀਤਾ ਸੀ, ਫਾਈਲ ਨੋਟ ਫਾਊਂਡ ਐਕਸੈਪਸ਼ਨ, ਦੈਨ ਆਰਥਮੈਟਿਕ ਐਕਸੈਪਸ਼ਨ, ਉਹ ਸਾਰੀਆਂ ਕੀ ਹੈ? ਸਬ ਕਲਾਸ ਹੈ। ਕਿਸ ਕਲਾਸ ਦੀ? ਐਕਸੈਪਸ਼ਨ ਕਲਾਸ ਦੀ। ਇੱਕ ਐਕਸੈਪਸ਼ਨ ਬੇਸ ਕਲਾਸ ਹੈ, ਠੀਕ ਹੈ, ਉਸ ਦੀਆਂ ਸਬ ਕਲਾਸਿਸ ਹਨ, ਅਤੇ ਉਹਨਾਂ ਸਬ ਕਲਾਸਿਸ ਨੂੰ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਐਕਸੈਪਸ਼ਨ ਹੈਂਡਲਿੰਗ ਕਰਨੀ ਹੈ। ਉਹਨਾਂ ਦੇ ਵਿੱਚ ਆਪਾਂ ਇੱਕ ਮੈਥਡ ਯੂਜ਼ ਕੀਤਾ ਸੀ, ਗੈਟ ਮੈਸੇਜ। ਜਦੋਂ ਆਪਾਂ ਕੋਈ ਮੈਸੇਜ ਪ੍ਰਿੰਟ ਕਰਨਾ ਸੀ, ਤੁਸੀਂ ਅਗਰ ਕਿ ਕੋਈ ਵੀ ਪ੍ਰੋਬਲਮ ਹੈ ਤਾਂ ਜੋ ਆਪਣੀ ਲਾਸਟ ਵੀਡੀਓ ਹੈ ਉਸਨੂੰ ਇੱਕ ਵਾਰ ਦੁਬਾਰਾ ਦੇਖ ਲਿਓ, ਐਕਸੈਪਸ਼ਨ ਹੈਂਡਲਿੰਗ ਵਾਲੀ। ਹੁਣ ਜੋ ਯੂਜ਼ਰ ਡਿਫਾਈਨ ਐਕਸੈਪਸ਼ਨ ਹੈ, ਉਹ ਅਸੀਂ ਕ੍ਰੀਏਟ ਕਰ ਸਕਦੇ ਜਦੋਂ ਅਸੀਂ ਕੋਈ ਐਸੀ ਐਕਸੈਪਸ਼ਨ ਦੇਣੀ ਹੈ ਜੋ ਐਕਚੁਅਲ 'ਚ ਐਕਸੈਪਸ਼ਨ ਹੈ ਨਹੀਂ, ਟੈਕਨੀਕਲੀ ਐਕਸੈਪਸ਼ਨ ਨਹੀਂ ਹੈ, ਬਟ ਸਾਡੇ ਪ੍ਰੋਗਰਾਮ ਦੇ ਅਕੋਰਡਿੰਗ, ਕੋਈ ਕੰਡੀਸ਼ਨ ਦੇ ਅਕੋਰਡਿੰਗ ਉਹ ਐਕਸੈਪਸ਼ਨ ਹੋ ਸਕਦੀ ਹੈ, ਠੀਕ ਹੈ। ਜਿਵੇਂ ਸਪੋਜ਼ ਆਪਾਂ ਐਗਜ਼ਾਮਪਲ ਵੀ ਕਰਾਂਗੇ ਵੀ ਵੋਟਿੰਗ ਲਈ ਹੈ, ਆਪਾਂ ਹੁਣ ਵੋਟ ਕਰਨਾ ਹੈ, ਉਹ ਕਿਵੇਂ ਚੈੱਕ ਕਰਦੇ ਹਾਂ ਬੰਦਾ ਵੋਟ ਕਰ ਸਕਦਾ ਕਿ ਨਹੀਂ ਉਸਦੀ ਏਜ ਤੋਂ? ਅਗਰ ਏਜ ਗ੍ਰੇਟਰ ਦੈਨ ਜਾਂ ਇਕੁਅਲ ਟੂ 18 ਹੈ, ਫਿਰ ਆਪਾਂ ਕਹਿ ਸਕਦੇ ਹਾਂ ਵੀ ਪਰਸਨ ਕੈਨ ਵੋਟ। ਅਗਰ ਉਸ ਤੋਂ ਘੱਟ ਹੈ ਤਾਂ ਵੋਟ ਨਹੀਂ ਕਰ ਸਕਦਾ, ਠੀਕ ਹੈ ਨਾ, ਨੋਟ ਐਲੀਜੀਬਲ ਫੋਰ ਵੋਟਿੰਗ। ਹੁਣ ਐਕਚੁਅਲ 'ਚ ਇਹ ਟੈਕਨੀਕਲੀ ਤਾਂ ਕੋਈ ਐਕਸੈਪਸ਼ਨ ਨਹੀਂ ਹੈ ਵੀ ਕੋਈ ਏਜ ਅਗਰ 18 ਤੋਂ ਘੱਟ ਹੈ, ਕੋਈ ਐਰਰ ਵਾਲੀ ਗੱਲ ਨਹੀਂ ਹੈ, ਬਟ ਅਗਰ ਆਪਾਂ ਵੋਟਿੰਗ ਚੈੱਕ ਕਰ ਰਹੇ ਹਾਂ ਤਾਂ ਉਸ 'ਤੇ ਇਹ ਐਕਸੈਪਸ਼ਨ ਜਨਰੇਟ ਹੋ ਸਕਦੀ ਹੈ, ਠੀਕ ਹੈ ਨਾ, ਉਦੋਂ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ। ਹੁਣ ਜਦੋਂ ਜੋ ਐਕਸੈਪਸ਼ਨ ਹੈ ਆਪਣੀ, ਐਕਸੈਪਸ਼ਨ ਹੈ ਕੀ ਚੀਜ਼? ਯੂਜ਼ਰ ਡਿਫਾਈਨ ਐਕਸੈਪਸ਼ਨ। ਇਨ ਜਾਵਾ ਵੀ ਕੈਨ ਕ੍ਰੀਏਟ ਆਵਰ ਓਨ ਐਕਸੈਪਸ਼ਨਸ, ਠੀਕ ਹੈ, ਐਂਡ ਥਰੂ ਦੈਟ ਐਕਸੈਪਸ਼ਨਸ ਯੂਜ਼ਿੰਗ ਥਰੂ ਕੀਵਰਡ। ਆਪਾਂ ਐਕਸੈਪਸ਼ਨ ਕਲਾਸ ਕ੍ਰੀਏਟ ਕਰਾਂਗੇ ਅਤੇ ਉਸਨੂੰ ਯੂਜ਼ ਕਿਵੇਂ ਕਰਾਂਗੇ? ਥਰੂ ਕੀਵਰਡ ਦੇ ਨਾਲ। ਦੀਜ਼ ਐਕਸੈਪਸ਼ਨਸ ਆਰ ਨੋਨ ਐਜ਼ ਯੂਜ਼ਰ ਡਿਫਾਈਨ ਔਰ ਕਸਟਮ ਐਕਸੈਪਸ਼ਨ। ਯੂਜ਼ਰ ਡਿਫਾਈਨ ਐਕਸੈਪਸ਼ਨ ਮਸਟ ਐਕਸਟੈਂਡ ਐਕਸੈਪਸ਼ਨ ਕਲਾਸ। The exception is thrown using through keyword. ਆਪਾਂ ਨੂੰ ਕੀ ਕਰਨਾ ਪੈਣਾ? ਇੱਕ ਤਾਂ ਜਦੋਂ ਆਪਾਂ ਉਹਨੂੰ ਯੂਜ਼ ਕਰਨਾ ਹੈ, ਆਪਾਂ ਨੂੰ ਥਰੋ ਕੀਵਰਡ ਯੂਜ਼ ਕਰਨਾ ਪੈਣਾ, ਅਤੇ ਜਦੋਂ ਆਪਾਂ ਉਸਨੂੰ ਕ੍ਰੀਏਟ ਕਰਨਾ ਤਾਂ ਸਾਨੂੰ ਐਕਸੈਪਸ਼ਨ ਕਲਾਸ ਤੋਂ ਉਹਨੂੰ ਐਕਸਟੈਂਡ ਕਰਨਾ ਪੈਣਾ। ਇਹਨਾਂ ਨੂੰ ਆਪਾਂ ਕਹਿੰਦੇ ਕੀ ਹੈ? ਯੂਜ਼ਰ ਡਿਫਾਈਨ ਐਕਸੈਪਸ਼ਨ ਜਾਂ ਕਸਟਮ ਐਕਸੈਪਸ਼ਨਸ ਜੋ ਆਪਾਂ ਕ੍ਰੀਏਟ ਕਰਾਂਗੇ, ਠੀਕ ਹੈ ਨਾ, ਵੀ ਅਸੀਂ ਕੋਈ ਕ੍ਰੀਏਟ ਕੀਤੀ ਐਕਸੈਪਸ਼ਨ, ਉਹ ਚੀਜ਼। ਦੈਨ ਜਦੋਂ ਅਸੀਂ ਐਕਸੈਪਸ਼ਨ ਕ੍ਰੀਏਟ ਕਰਨੀ ਹੈ ਯੂਜ਼ਰ ਡਿਫਾਈਨ ਐਕਸੈਪਸ਼ਨ, ਉਹਦਾ ਸਟਰਕਚਰ ਕੁਛ ਇਸ ਤਰੀਕੇ ਦਾ ਹੋਣਾ ਚਾਹੀਦਾ, ਜਿਹੜਾ ਬੇਸਿਕ ਸਟਰਕਚਰ ਹੈ, ਕਲਾਸ, ਆਪਣਾ ਕਲਾਸ ਨੇਮ ਜਿਹੜੀ ਅਸੀਂ ਕ੍ਰੀਏਟ ਕਰਨੀ ਹੈ, ਲਾਈਕ ਮਾਈ ਐਕਸੈਪਸ਼ਨ, ਐਕਸਟੈਂਡਸ ਐਕਸੈਪਸ਼ਨ, ਕਿਸ ਕਲਾਸ ਤੋਂ ਆਪਾਂ ਉਸਨੂੰ ਐਕਸਟੈਂਡ ਕਰਨਾ ਹੈ, ਅਤੇ ਆਪਾਂ ਉਸਨੂੰ ਹਮੇਸ਼ਾ ਕਿਸ ਤੋਂ ਐਕਸਟੈਂਡ ਕਰਨਾ? ਐਕਸੈਪਸ਼ਨ ਕਲਾਸ ਤੋਂ ਐਕਸਟੈਂਡ ਕਰਨਾ। ਆਪਾਂ ਉਸਦੇ ਵਿੱਚ ਇੱਕ ਕੰਸਟਰਕਟਰ ਕ੍ਰੀਏਟ ਕਰ ਲਿਆ ਮਾਈ ਐਕਸੈਪਸ਼ਨ, ਸੁਪਰ ਦੇ ਨਾਲ ਮੈਂ ਇੱਕ ਮੈਸੇਜ ਭੇਜਦਾ ਜਿਹੜਾ ਆਪਾਂ ਡਿਸਪਲੇ ਕਰਨਾ ਜਦੋਂ ਵੀ ਕੋਈ ਉਹ ਐਕਸੈਪਸ਼ਨ ਜਨਰੇਟ ਹੁੰਦੀ ਹੈ। ਇਹ ਆਪਣਾ ਕਸਟਮ ਮੈਸੇਜ ਹੈ, ਜਿਸ ਤਰੀਕੇ ਜੋ ਆਪਾਂ ਚਾਹੁੰਦੇ ਹਾਂ ਉਸ ਤਰੀਕੇ ਦਾ ਆਪਾਂ ਮੈਸੇਜ ਇੱਥੇ ਲਿਖ ਸਕਦੇ ਹਾਂ, ਠੀਕ ਹੈ ਨਾ। ਦੈਨ ਇੱਕ ਟੂ ਸਟ੍ਰਿੰਗ ਮੈਥਡ ਦੇ ਨਾਲ ਵੀ ਆਪਾਂ ਇਸ ਨੂੰ ਪਾਸ ਕਰ ਸਕਦੇ ਹਾਂ, ਬਟ ਇੱਕ ਸਿੰਪਲ ਵੇ ਆਪਾਂ ਇਹੀ ਯੂਜ਼ ਕਰਾਂਗੇ। ਸੁਪਰ ਕੀਵਰਡ ਕਿਸ ਲਈ ਸੀ? ਬੇਸ ਕਲਾਸ ਕਿਹੜੀ ਹੈ ਇਸ ਦੇ ਵਿੱਚੋਂ? ਐਕਸੈਪਸ਼ਨ ਕੀ ਹੈ? ਬੇਸ ਕਲਾਸ ਹੈ। ਅਤੇ ਮਾਈ ਐਕਸੈਪਸ਼ਨ ਕੀ ਹੈ? ਡਰਾਈਵਡ ਕਲਾਸ ਹੈ। ਸੁਪਰ ਕੀਵਰਡ ਕੀ ਕਰਦਾ ਸੀ? ਆਪਣਾ
ਡਰਾਈਵਡ ਕਲਾਸ ਕੰਸਟਰਕਟਰ ਤੋਂ ਵੈਲਿਊ ਸਪਲਾਈ ਕਰਦਾ ਸੀ ਕਿੱਥੇ ਬੇਸ ਕਲਾਸ ਕੰਸਟਰਕਟਰ ਦੇ ਵਿੱਚ, ਠੀਕ ਹੈ। ਦਿਸ ਮੀਨਸ ਇਹ ਮੈਸੇਜ ਹੁਣ ਕਿਸ 'ਚ ਚਲ ਗਿਆ, ਐਕਸੈਪਸ਼ਨ ਕਲਾਸ 'ਚ ਚਲ ਗਿਆ। ਕਲੀਅਰ ਹੈ ਨਾ? ਸੁਪਰ ਕੀਵਰਡ ਕੀ ਕਰਦਾ ਸੀ, ਡਰਾਈਵਡ ਕਲਾਸ ਕੰਸਟਰਕਟਰ ਤੋਂ ਵੈਲਿਊ ਨੂੰ ਟ੍ਰਾਂਸਫਰ ਕਰਦਾ ਸੀ ਕਿੱਥੇ ਬੇਸ ਕਲਾਸ ਕੰਸਟਰਕਟਰ। ਇਹ ਆਪਣਾ ਕਸਟਮ ਮੈਸੇਜ ਹੈ, ਜੋ ਮਰਜ਼ੀ ਆਪਾਂ ਇੱਥੇ ਮੈਸੇਜ ਲਗਾ ਸਕਦੇ ਹਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ। ਇਹ ਇੱਕ ਆਪਣੀ ਸਿੰਪਲ ਕਲਾਸ ਬਣੀ ਹੈ, ਠੀਕ ਹੈ ਨਾ, ਆਪਣੀ ਐਕਸੈਪਸ਼ਨ ਕਲਾਸ, ਜਿਸ ਨੂੰ ਆਪਾਂ ਅੱਗੇ ਯੂਜ਼ ਕਰਾਂਗੇ। ਲਾਈਕ ਦੈਨ ਆਪਣੇ ਕੋਲ ਹੈ, ਜਦੋਂ ਆਪਾਂ ਇਸ ਨੂੰ ਯੂਜ਼ ਕਰਨਾ ਹੈ, ਜਦੋਂ ਆਪਾਂ ਇਸ ਨੂੰ ਯੂਜ਼ ਕਰਨਾ ਹੈ ਟਰਾਈ ਦੇ ਵਿੱਚ, ਟਰਾਈ ਥਰੋ ਨਿਊ ਮਾਈ ਐਕਸੈਪਸ਼ਨ। ਨਿਊ ਕੀਵਰਡ ਤੁਹਾਨੂੰ ਪਤਾ ਹੀ ਹੈ ਕਿਸ ਲਈ ਯੂਜ਼ ਕਰਦੇ ਹਾਂ, ਜਦੋਂ ਆਪਾਂ ਉਸਦਾ ਓਬਜੈਕਟ ਕ੍ਰੀਏਟ ਕਰ ਰਹੇ ਹਾਂ। ਥਰੋ ਕੀਵਰਡ ਕੀ ਹੈ? ਜਦੋਂ ਆਪਾਂ ਐਕਸੈਪਸ਼ਨ ਸੈਂਡ ਕਰਨੀ ਹੈ ਜਾਂ ਆਪਾਂ ਥਰੋ ਕਰਨੀ ਹੈ, ਜਦੋਂ ਚਾਹੁੰਦੇ ਹਾਂ ਵੀ ਥਰੋ ਕੀਵਰਡ ਦੇ ਨਾਲ ਕੀ ਹੋਊਗਾ ਵੀ ਇਸ ਪੁਆਇੰਟ 'ਤੇ ਇਹ ਚੀਜ਼ ਜਨਰੇਟ ਹੋਊਗੀ। ਲਾਈਕ ਇਹ ਪਾਰਟ ਮੋਸਟਲੀ ਆਪਣਾ ਇਫ ਐਲਸ 'ਚ ਲਗਾਵਾਂਗੇ ਆਪਾਂ, ਠੀਕ ਹੈ ਨਾ, ਇਫ ਐਲਸ ਯੂਜ਼ ਕਰਾਂਗੇ ਵੀ ਜਦੋਂ ਇਹ ਕੰਡੀਸ਼ਨ ਹੋਵੇ ਫਿਰ ਐਕਸੈਪਸ਼ਨ ਜਨਰੇਟ ਹੋਵੇ। ਥਰੋ ਨਿਊ ਮਾਈ ਐਕਸੈਪਸ਼ਨ, ਇਹ ਆਪਣਾ ਕਲਾਸ ਨੇਮ ਹੈ ਜਿਹੜੀ ਆਪਾਂ ਉੱਤੇ ਕ੍ਰੀਏਟ ਕੀਤੀ ਸੀ, ਇੱਥੇ ਆਪਾਂ ਕੰਸਟਰਕਟਰ ਯੂਜ਼ ਕਰ ਰਹੇ ਹਾਂ। ਅਗਰ ਆਪਣਾ ਕੰਸਟਰਕਟਰ ਵਿਦ ਆਰਗੂਮੈਂਟ ਹੈ ਤਾਂ ਆਪਾਂ ਇੱਥੇ ਵੈਲਿਊ ਵੀ ਪ੍ਰੋਵਾਈਡ ਕਰ ਸਕਦੇ ਹਾਂ। ਕੈਚ ਕੈਚ ਮਾਈ ਐਕਸੈਪਸ਼ਨ, ਠੀਕ ਹੈ ਨਾ, ਜਿਹੜੀ ਆਪਣੀ ਐਕਸੈਪਸ਼ਨ ਕ੍ਰੀਏਟ ਕੀਤੀ, ਉਹਦਾ ਓਬਜੈਕਟ ਬਣਾਇਆ। ਐਕਸੈਪਸ਼ਨ ਇਜ਼ ਗੋਟ, ਠੀਕ ਹੈ, ਸਿਸਟਮ ਡੋਟ ਆਊਟ ਡੋਟ ਪ੍ਰਿੰਟ ਈ ਐਕਸ ਡੋਟ ਗੈਟ ਮੈਸੇਜ। ਗੈਟ ਮੈਸੇਜ ਕੀ ਹੈ? ਬੇਸਿਕਲੀ ਆਪਾਂ ਕਹੀਏ ਐਕਸੈਪਸ਼ਨ ਕਲਾਸ ਦੇ ਵਿੱਚ ਇੱਕ ਮੈਥਡ ਬਣਿਆ ਹੋਇਆ ਜਿਹੜਾ ਕੀ ਕਰਦਾ, ਉਹ ਜੋ ਮੈਸੇਜ ਆਪਾਂ ਪ੍ਰੋਵਾਈਡ ਕਰਦੇ ਹਾਂ ਉਹ ਡਿਸਪਲੇ ਕਰਦਾ। ਲਾਈਕ ਆਪਾਂ ਲਾਸਟ ਐਗਜ਼ਾਮਪਲਸ ਦੇ ਵਿੱਚ ਦੇਖਿਆ ਸੀ, ਹੁਣ ਆਪਾਂ ਇਸ ਨੂੰ ਯੂਜ਼ ਕਰਾਂਗੇ। ਦੋ ਦੋ ਪਾਰਟ ਜਿਹੜੇ ਇਹ ਹੈ ਆਪਣੇ, ਪਹਿਲਾਂ ਐਕਸੈਪਸ਼ਨ ਕ੍ਰੀਏਟ ਕਰਾਂਗੇ, ਦੈਨ ਆਪਾਂ ਉਸਨੂੰ ਯੂਜ਼ ਕਰਾਂਗੇ। ਇੱਕ ਛੋਟੀ ਜਿਹੀ ਐਗਜ਼ਾਮਪਲ ਕ੍ਰੀਏਟ ਕੀਤੀ ਹੋਈ, ਆਪਾਂ ਉਸਨੂੰ ਡਾਇਰੈਕਟਲੀ ਦੇਖਦੇ ਹਾਂ, ਥੋੜ੍ਹਾ ਜਿਹਾ ਕਲੀਅਰ ਹੋਊਗਾ, ਥੋੜ੍ਹਾ ਜਿਹਾ ਜ਼ਿਆਦਾ ਉਸਦੇ ਨਾਲ। ਲਾਈਕ ਇੱਕ ਮੈਂ ਕਲਾਸ ਕ੍ਰੀਏਟ ਕੀਤੀ, ਕਲਾਸ ਚੈੱਕ ਏਜ ਐਕਸੈਪਸ਼ਨ, ਕਿਸ ਤੋਂ ਐਕਸਟੈਂਡ ਕਰ ਲਈ, ਐਕਸੈਪਸ਼ਨ ਕਲਾਸ ਤੋਂ। ਲਾਈਕ ਮੈਂ ਜਿਹੜਾ ਆਪਾਂ ਸਿੰਟੈਕਸ ਦੇਖਿਆ ਸੀ, ਆਪਾਂ ਇੱਥੇ ਵਰਡ ਲਿਖਿਆ ਸੀ ਮਾਈ ਐਕਸੈਪਸ਼ਨ, ਚੈੱਕ ਏਜ ਐਕਸੈਪਸ਼ਨ, ਐਕਸਟੈਂਡ ਐਕਸੈਪਸ਼ਨ, ਕੰਸਟਰਕਟਰ ਕ੍ਰੀਏਟ ਕੀਤਾ ਹੈ, ਉਸ 'ਚ ਆਪਾਂ ਮੈਸੇਜ ਸੈਂਡ ਕਰਤਾ ਹੈ ਬੇਸ ਕਲਾਸ ਦੇ ਵਿੱਚ, ਯੂ ਕੈਨ ਨੋਟ ਵੋਟ, ਠੀਕ ਹੈ ਨਾ। ਹੁਣ ਇਹ ਮੈਸੇਜ ਕਿਸ ਦੇ ਵਿੱਚ ਚਲ ਗਿਆ? ਐਕਸੈਪਸ਼ਨ ਕਲਾਸ 'ਚ ਚਲ ਗਿਆ, ਠੀਕ ਹੈ ਨਾ, ਐਕਸੈਪਸ਼ਨ ਕਲਾਸ ਦੇ ਕੰਸਟਰਕਟਰ 'ਚ ਚਲ ਗਿਆ। ਉੱਥੇ ਉਹ ਮੈਸੇਜ ਉਹਨਾਂ ਨੇ ਕਿਸੇ ਸਟ੍ਰਿੰਗ ਵੇਰੀਏਬਲ 'ਚ ਕਾਪੀ ਕਰ ਲਿਆ ਹੋਣਾ, ਜੋ ਆਪਾਂ ਗੈਟ ਮੈਸੇਜ ਨਾਲ ਬਾਅਦ 'ਚੋਂ ਰਿਟਰੀਵ ਕਰਦੇ ਹਾਂ, ਠੀਕ ਹੈ। ਫਿਲਹਾਲ ਆਪਾਂ ਕੀ ਦੇਖੀਏ, ਚੈੱਕ ਏਜ ਐਕਸੈਪਸ਼ਨ, ਐਕਸਟੈਂਡ ਐਕਸੈਪਸ਼ਨ, ਕੰਸਟਰਕਟਰ ਕ੍ਰੀਏਟ ਕੀਤਾ ਹੈ, ਦੈਨ ਮੈਸੇਜ ਟ੍ਰਾਂਸਫਰ ਕੀਤਾ, ਠੀਕ ਹੈ ਨਾ। ਇੱਥੇ ਇਸਨੂੰ ਆਪਾਂ ਹੋਰ ਵੀ ਐਕਸਟੈਂਡ ਕਰ ਸਕਦੇ ਹਾਂ ਪ੍ਰੋਗਰਾਮ ਨੂੰ ਜਿਵੇਂ ਕਰਨਾ ਹੈ ਆਪਾਂ, ਫਿਲਹਾਲ ਆਪਾਂ ਸਿੰਪਲ ਸਮਝ ਰਹੇ ਹਾਂ। ਇੱਕ ਮੈਂ ਇੰਟੀਜ਼ਰ ਲਿਆ ਵੇਰੀਏਬਲ ਏਜ, ਏਜ ਇਜ ਇਕਲ ਟੂ ਇੰਟੀਜ਼ਰ ਡੋਟ ਪਾਰਸੈਂਟ ਆਰਗੂਮੈਂਟ 0, ਇਹ ਕਲੀਅਰ ਹੀ ਹੈ। ਇਹ ਕੀ ਹੈ? ਆਪਣਾ ਕਮਾਂਡ ਲਾਈਨ ਆਰਗੂਮੈਂਟਸ, ਠੀਕ ਹੈ, ਜਦੋਂ ਆਪਾਂ ਡੋਸ ਪ੍ਰੋਂਪਟ ਤੋਂ ਵੈਲਿਊ ਸਪਲਾਈ ਕਰਨੀ ਹੈ। ਹੁਣ ਇਹ ਟਰਾਈ ਹੈ ਜੋ ਆਪਾਂ ਗੱਲ ਕਰ ਰਹੇ ਸੀ, ਟਰਾਈ ਦੇ ਅੰਦਰ ਇਫ ਏਜ ਲੈਸ ਦੈਨ 18, ਫਿਰ ਆਪਾਂ ਕੀ ਥਰੋ ਕੀਤੀ ਹੈ, ਥਰੋ ਨਿਊ ਚੈੱਕ ਏਜ ਐਕਸੈਪਸ਼ਨ। ਜਿਹੜਾ ਇਫ ਐਲਸ ਹੈ ਇਹ ਆਪਣਾ
ਇਹ ਆਪਾਂ ਇੱਥੇ ਵੀ ਲਗਾ ਸਕਦੇ ਹਾਂ, ਠੀਕ ਹੈ ਨਾ, ਵੀ ਉੱਪਰ ਵੀ ਇਫ ਐਲਸ ਲੱਗ ਸਕਦਾ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ, ਵੀ ਜਿੱਥੇ ਆਪਾਂ ਉਹਨੂੰ ਯੂਜ਼ ਕਰਨਾ ਉੱਥੇ ਹੀ ਫੈਲਸ ਲਗਾ ਲਓ। ਬਟ ਫਿਲਹਾਲ ਆਪਾਂ ਸਿੰਪਲ ਬਣਾਉਣ ਦੇ ਲਈ ਤਰੀਕੇ ਇਹੀ ਦੇਖਦੇ ਹਾਂ ਵੀ ਅਗਰ ਏਜ, ਇਹ ਏਜ ਜੋ ਆਪਾਂ ਸੈਂਡ ਕੀਤੀ ਐਂਟਰ ਕੀਤੀ ਹੈ, ਅਗਰ ਉਹ 18 ਤੋਂ ਘੱਟ ਹੈ ਤਾਂ ਕੀ ਜਨਰੇਟ ਹੋ ਜਾਏ? ਐਕਸੈਪਸ਼ਨ ਜਨਰੇਟ ਹੋ ਜਾਏ, ਠੀਕ ਹੈ। ਐਕਸੈਪਸ਼ਨ ਜਨਰੇਟ ਹੋਈ ਮਤਲਬ ਕੰਟਰੋਲ ਕਿੱਥੇ ਪਹੁੰਚ ਗਿਆ? ਕੈਚ 'ਤੇ, ਉਸਨੇ ਕੀ ਲਿਖਤਾ? ਕੌਟ ਦਾ ਐਕਸੈਪਸ਼ਨ ਅਤੇ EX ਡੋਟ ਗੈਟ ਮੈਸੇਜ। ਗੈਟ ਮੈਸੇਜ ਕੀ ਆਊਗਾ ਆਪਣਾ? ਯੂ ਕੈਨ ਨੋਟ ਵੋਟ। ਅਗਰ ਏਜ ਇਸ ਤੋਂ ਘੱਟ ਨਹੀਂ ਹੈ, ਮਤਲਬ 18 ਹੈ ਜਾਂ 18 ਤੋਂ ਅਬਵ ਹੈ, ਫਿਰ ਜਿਵੇਂ ਆਪਾਂ ਕਹਿੰਦੇ ਸੀ ਐਕਸੈਪਸ਼ਨ ਨਹੀਂ ਆਈ, ਕੈਚ ਨਹੀਂ ਚੱਲੂਗਾ, ਫਿਰ ਕਿਹੜਾ ਪਾਰਟ ਚੱਲੂਗਾ? ਵੈਲਕਮ ਟੂ ਵੋਟਿੰਗ, ਠੀਕ ਹੈ ਨਾ, ਜਾਂ ਯੂ ਕੈਨ ਵੋਟ, ਜੋ ਵੀ ਆਪਾਂ ਮੈਸੇਜ ਡਿਸਪਲੇ ਕਰਨਾ। ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ, ਇਸ ਦੇ ਵਿੱਚ ਕਲਾਸ ਚੈੱਕ ਏਜ ਐਕਸੈਪਸ਼ਨ, ਐਕਸਟੈਂਡ ਐਕਸੈਪਸ਼ਨ ਬਣਾਈ, ਚੈੱਕ ਏਜ ਐਕਸੈਪਸ਼ਨ ਕੰਸਟਰਕਟਰ ਦੇ ਨਾਲ ਆਪਾਂ ਬੇਸ ਕਲਾਸ ਕੰਸਟਰਕਟਰ ਦੇ ਵਿੱਚ ਵੈਲਿਊ ਸਪਲਾਈ ਕਰਤੀ, ਦੈਨ ਇਸ ਜਗ੍ਹਾ 'ਤੇ ਆਪਾਂ ਉਸਨੂੰ ਯੂਜ਼ ਕਰ ਲਿਆ ਚੈੱਕ ਏਜ ਐਕਸੈਪਸ਼ਨ। ਅਗਰ ਏਜ 18 ਤੋਂ ਘੱਟ ਹੈ ਤਾਂ ਆਪਣਾ ਐਕਸੈਪਸ਼ਨ ਥਰੋ ਹੋਊਗੀ, ਦਿਸ ਮੀਨਸ ਫਿਰ ਕੈਚ ਬਲੌਕ ਚੱਲੂਗਾ, ਐਲਸ ਕੀ ਆਪਣਾ ਟਰਾਈ ਦਾ ਰਿਮੇਨਿੰਗ ਪਾਰਟ ਚੱਲੂਗਾ। ਇਸ ਨੂੰ ਹੁਣ ਆਪਾਂ ਐਗਜੀਕਿਊਟ ਕਰਕੇ ਦੇਖਦੇ ਹਾਂ ਪ੍ਰੋਗਰਾਮ ਨੂੰ। ਪਹਿਲਾਂ ਕੰਪਾਈਲ ਕਰ ਲਓ, ਅਗਰ ਆਪਾਂ 44 ਪਾਇਆ ਵੈਲਕਮ ਟੂ ਵੋਟ, ਅਗਰ 4 ਪਾਇਆ ਜਾਂ 12 ਪਾਇਆ ਫਿਰ ਕੀ ਆ ਗਿਆ? ਕੋਟ ਦਾ ਐਕਸੈਪਸ਼ਨ, ਯੂ ਕੈਨ ਨੋਟ ਵੋਟ, ਠੀਕ ਹੈ ਨਾ। 55 ਵੈਲਕਮ ਟੂ ਵੋਟ, 5 ਕੋਟ ਦਾ ਐਕਸੈਪਸ਼ਨ ਜਿਹੜਾ ਇਹ ਹੈ। ਹੁਣ ਜੋ ਇਹ ਮੈਸੇਜ ਹੈ ਆਪਣਾ, ਇਹ ਆਪਾਂ ਇਸ ਜਗ੍ਹਾ 'ਤੇ ਵੀ ਸਪਲਾਈ ਕਰ ਸਕਦੇ ਹਾਂ ਇੱਥੇ, ਮਤਲਬ ਅਗਰ ਆਪਾਂ ਮੈਸੇਜ ਚੇਂਜ ਕਰਨਾ ਹੈ, ਇੱਕ ਇਫ 'ਤੇ ਕੋਈ ਹੋਰ ਲਗਾਉਣਾ, ਦੂਸਰੇ ਇਫ 'ਤੇ ਕੋਈ ਹੋਰ ਲਗਾਉਣਾ, ਆਪਾਂ ਇੱਥੇ ਮੈਸੇਜ ਚੇਂਜ ਕਰ ਲਓ। ਅਗਰ ਇੱਥੇ ਹੁਣ ਸਟ੍ਰਿੰਗ ਹੈ, ਦਿਸ ਮੀਨਸ ਇੱਥੇ ਵੀ ਇੱਕ ਸਟ੍ਰਿੰਗ ਵੇਰੀਏਬਲ ਹੋਊਗਾ ਆਪਣਾ, ਸਟ੍ਰਿੰਗ ਐਸ, ਇਸ ਐਸ ਨੂੰ ਆਪਾਂ ਉੱਪਰ ਪਾਸ ਕਰ ਦਾਂਗੇ। ਇੱਥੋਂ ਵੈਲਿਊਸ ਇਸ ਐਸ 'ਚ ਗਈ, ਇਸ ਐਸ ਤੋਂ ਕਿਸ 'ਚ ਗਈ? ਐਕਸੈਪਸ਼ਨ ਕਲਾਸ ਦੇ ਵੇਰੀਏਬਲ ਦੇ ਵਿੱਚ, ਜਿੱਥੋਂ ਆਪਾਂ ਉਸਨੂੰ ਰਿਟਰੀਵ ਕਰਦੇ ਹਾਂ, ਕਿਹੜੇ ਮੈਸੇਜ ਦੇ ਨਾਲ? ਗੈਟ ਮੈਸੇਜ ਦੇ ਨਾਲ। ਇਸ ਦਾ ਫਾਇਦਾ ਕੀ ਹੋਊਗਾ? ਅਗਰ ਆਪਾਂ ਇਸ ਜਗ੍ਹਾ ਪਾਸ ਕਰਦੇ ਹਾਂ, ਮਤਲਬ ਅਗਰ ਮੈਂ ਹੁਣ ਥਰੂ ਦੁਬਾਰਾ ਕਰਨੀ ਹੈ ਨਿਊ ਚੈੱਕ ਏਜ ਐਕਸੈਪਸ਼ਨ, ਅਗਰ ਆਪਾਂ ਕਹੀਏ ਵੀ 60 ਤੋਂ ਅਬਵ ਹੈ, ਫਿਰ ਆਪਾਂ ਕੋਈ ਹੋਰ ਮੈਸੇਜ ਲਗਾਉਣਾ, ਤਾਂ ਆਪਾਂ 21 ਹੋਰ ਵੀ ਲਗਾ ਸਕਦੇ ਹਾਂ ਵੀ ਅਗਰ ਏਜ 60 ਤੋਂ ਜ਼ਿਆਦਾ ਹੈ ਤਾਂ ਉਸਦਾ ਇਹ ਮੈਸੇਜ ਚੇਂਜ ਕਰ ਸਕਦੇ ਹਾਂ। ਐਗਜੀਕਿਊਸ਼ਨ ਸੇਮ ਹੀ ਹੈ, ਐਗਜੀਕਿਊਸ਼ਨ 'ਚ ਕੋਈ ਫਰਕ ਨਹੀਂ ਆਊਗਾ ਉਸਦੇ ਵਿੱਚ, ਠੀਕ ਹੈ ਨਾ। ਇਹ ਐਗਜ਼ਾਮਪਲ ਟਰਾਈ ਕਰਨੀ ਹੈ ਯੂਜ਼ਰ ਡਿਫਾਈਨ ਐਕਸੈਪਸ਼ਨ ਜਾਂ ਕਸਟਮ ਐਕਸੈਪਸ਼ਨ ਦੇ ਵਿੱਚ। ਇੱਕ ਸਿੰਪਲ ਐਕਸੈਪਸ਼ਨ ਕਲਾਸ ਕ੍ਰੀਏਟ ਕਰਨੀ ਹੈ, ਯੂਜ਼ਰ ਡਿਫਾਈਨ ਐਕਸੈਪਸ਼ਨ ਕਿਸ ਤੋਂ ਇਨਹੈਰਿਟ ਕਰਨੀ ਹੈ? ਐਕਸੈਪਸ਼ਨ ਤੋਂ, ਦੈਨ ਉਸਨੂੰ ਆਪਾਂ ਥਰੋ ਦੇ ਨਾਲ ਯੂਜ਼ ਕਰਨਾ ਹੈ, ਠੀਕ ਹੈ। ਅਗਰ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ। ਥੈਂਕ ਯੂ।